ਲੰਮੇ ਸਮੇਂ ਤੱਕ ਕੈਂਸਰ ਵੱਲੋਂ ਲੜਨ ਤੋਂ ਬਾਅਦ ਇਸ ਸਾਲ 29 ਅਪ੍ਰੈਲ ਨੂੰ ਇਰਫਾਨ ਖਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਇਰਫਾਨ ਨੂੰ ਗਏ ਹੋਏ 5 ਮਹੀਨੇ ਹੋ ਚੁੱਕੇ ਨੇ, ਲੇਕਿਨ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਫੈਨਸ ਅੱਜ ਵੀ ਇਹ ਗੱਲ 'ਤੇ ਭਰੋਸਾ ਨਹੀਂ ਕਰ ਪਾ ਰਹੇ ਕਿ ਇਰਫਾਨ ਹੁਣ ਸਾਡੇ ਵਿੱਚ ਅਤੇ ਇਸ ਦੁਨੀਆ 'ਚ ਨਹੀਂ ਰਹੇ। ਇਰਫਾਨ ਦੇ ਬੇਟੇ ਬਾਬਿਲ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਹਨਾਂ ਦੇ ਬਹੁਤ ਕਰੀਬ ਸੀ। ਉਹ ਹੁਣ ਵੀ ਆਪਣੇ ਪਿਤਾ ਦੀ ਯਾਦ ਵਿੱਚ ਕੁਝ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਨੇ। ਇਰਫਾਨ ਦੀ ਕਬਰ ਨੂੰ ਜਿਸ ਤਰ੍ਹਾਂ ਵੱਲੋਂ ਬਣਾਇਆ ਗਿਆ ਹੈ, ਉਸ ਨੂੰ ਲੈ ਕੇ ਉਹਨਾਂ ਦੇ ਕੁਝ ਫੈਨਸ ਚਿੰਤਾ ਕਰ ਰਹੇ ਨੇ, ਜਿਸ ਦੇ ਬਾਰੇ ਵਿੱਚ ਹਾਲ ਹੀ 'ਚ ਬਾਬਿਲ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਰਫਾਨ ਦੀ ਕਬਰ ਇਸੇ ਤਰ੍ਹਾਂ ਵੱਲੋਂ ਕਿਉਂ ਬਣਾਇਆ ਗਿਆ। ਬਾਬਿਲ ਨੇ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਪਿਤਾ ਦੀ ਕਬਰ 'ਤੇ ਪੱਥਰ ਉੱਤੇ ਪਾਣੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਬਾਬਿਲ ਨੇ ਕੈਪਸ਼ਨ 'ਚ ਲਿਖਿਆ, ਪਾਪਾ ਨੂੰ ਇਹ ਜੰਗਲ ਬਹੁਤ ਪਸੰਦ ਸੀ। ਮਾਂ ਨੇ ਹਾਲ ਹੀ ਦੇ ਵਿੱਚ ਆਸ ਪਾਸ ਦੇ ਇਸ ਜੰਗਲੇਪਨ ਦੇ ਬਾਰੇ ਵਿੱਚ ਲਿਖਿਆ ਸੀ ਜਦੋਂ ਕੁਝ ਉਹਨਾਂ ਦੇ ਫੈਨਸ ਨੇ ਚਿੰਤਾ ਜ਼ਾਹਿਰ ਕੀਤੀ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝੋ, ਉਹ ਹਮੇਸ਼ਾ ਚਾਹੁੰਦੇ ਸੀ ਕਿ ਉਹ ਦਰਖਤ, ਬੂਟੇ ਅਤੇ ਘਾਹ ਦੇ ਇਰਦ ਗਿਰਦ ਹੀ ਰਹਿਣ। ਉਹ ਹਮੇਸ਼ਾ ਚਾਹੁੰਦੇ ਸੀ ਕਿ ਵੇਸਟ ਅਤੇ ਪਲਾਸਟਿਕ ਨੂੰ ਜੰਗਲਾਂ ਤੋਂ ਦੂਰ ਰੱਖਿਆ ਜਾਵੇ। ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੀ ਮਾਂ ਨੇ ਪਹਿਲਾਂ ਵੀ ਇਹ ਲਿਖਿਆ ਸੀ। ਔਰਤਾਂ ਨੂੰ ਮੁਸਲਿਮ ਕਬਰਸਥਾਨਾਂ ਵਿੱਚ ਜਾਣ ਦੀ ਆਗਿਆ ਨਹੀਂ ਹੁੰਦੀ, ਇਸ ਲਈ ਮੈਂ ਘਰ ਦੇ ਬਾਹਰ ਹੀ ਰਾਤ ਦੀ ਰਾਣੀ ਦਾ ਪੌਦਾ ਲਗਾ ਲਿਆ ਅਤੇ ਉਸੀ ਥਾਂ ਦੇ ਥੱਲੇ ਮੈਂ ਉਹ ਸਾਰੀਆਂ ਚੀਜ਼ਾਂ ਸਮੇਟ ਦਿੱਤੀਆਂ ਨੇ ਜੋ ਉਹਨਾਂ ਦੀ ਮਨ ਪਸੰਦੀਦਾਰ ਸੀ। ਤੁਹਾਨੂੰ ਦੱਸ ਦੇ ਕਿ ਇਰਫਾਨ ਖਾਨ ਆਪਣੇ ਫੈਨਸ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਹੋਰ ਅਪਡੇਟਸ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।